ਫਲੈਗ ਲਾਏ ਹੋਏ ਸਿਰੇ ਦਾ ਕੱਜ ਕਾਲਜ। ਹੈਲੋ ਗਾਇਜ਼, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਅਤੇ ਅੱਜ ਹੈ ਜੀ ਸਾਡੇ ਕਾਲਜ 'ਚ ਫੰਕਸ਼ਨ। ਲਓ ਜੀ ਗਾਇਜ਼, ਹੁਣ ਆਪਾਂ ਨੂੰ ਮਿਲ ਗਈ ਸੇਵਾ ਕੰਮ, ਅਤੇ ਹੁਣ ਆਪਾਂ ਜਿਹੜਾ ਇੰਡਸਟਰੀ ਏਰੀਆ ਕੰਮ ਮਿਲਿਆ, ਹੁਣ ਦਿਖਾਉਂਦੇ ਹਾਂ ਤੁਹਾਨੂੰ। ਓਕੇ, ਹੁਣ ਇਹ ਅਮਨ ਜੀ ਜੈਕਟ ਚੱਕਣ ਲੱਗੇ ਨੇ, ਆਪਾਂ ਫਿਰ ਨਿਕਲਦੇ ਹਾਂ, ਫਿਰ ਦਿਖਾਉਂਦੇ ਹਾਂ। ਨਿਕਲ ਚੱਕੇ ਆਪਾਂ ਕਾਲਜ ਤੋਂ, ਅਤੇ ਬਾਕੀ ਹੁਣ ਮਿਲਦੇ ਰਾਹ 'ਚ। ਆਹ ਚਲੇ ਰਿਹਾ, ਆਓ ਪਹੁੰਚ ਗਈ ਇੰਡਸਟਰੀ ਏਰੀਆ। ਹੁਣ ਇੱਧਰ ਆਪਾਂ ਲੱਭਦੇ ਇੱਥੇ ਜਾਣਾ। ਲੋ ਦੇਖੋ ਜੀ, ਚੰਡੀਗੜ੍ਹ 'ਚ ਗੱਡੀ ਲੈਟਾਂ 244 ਬੰਦੇ ਬੰਦੇ, ਐਡੀ ਲੰਬੀ ਲਾਈਨ। ਇਹ ਹੈ ਜੀ ਇੰਡਸਟਰੀ ਏਰੀਆ। ਇੰਡਸਟਰੀ ਏਰੀਆ ਮੈਂ ਇਤਨੀ ਲੰਬੀ ਲੈਟੇ, ਟ੍ਰੈਫਿਕ ਵੀ ਬਹੁਤ ਹੈ ਨਾ। ਦੇਖੋ ਦਿੱਲੀ ਬਣਿਆ ਪਿਆ ਪੂਰਾ। ਟਰੋਫੀਆਂ ਟਰੋਫੀਆਂ, ਲੋਈ ਪਹੁੰਚ ਗਿਆ ਹੁਣ ਇੱਥੇ। ਕੈਸਾ ਲੱਗ ਰਿਹਾ ਇਤਨੀ ਟਰੋਫੀਆਂ ਦੇਖ ਕੇ? ਐਨੀ ਤਾਂ ਮੇਰੇ ਘਰੇ ਵੀ ਨਹੀਂ। ਚਲੋ ਜੀ, ਬਾਕੀ ਮਿਲਦੇ ਬਾਅਦ 'ਚ, ਦਿਖਾਉਂਦੇ। ਲੋਈ ਆਪਾਂ ਨੇ ਆਪਣਾ ਕੰਮ ਹੋ ਗਿਆ, ਮਿਲ ਗਿਆ ਜੋ ਅਸੀਂ ਲੇਟ ਆਏ ਸੀਗੇ। ਬਾਕੀ ਹੁਣ ਚਲੀਏ ਕਾਲਜ, ਕਾਲਜ ਜਾ ਕੇ ਮਿਲਦੇ ਹਾਂ, ਰਾਹ 'ਚ ਕੁਛ ਹੋਇਆ ਦਿਖਾਵਾਂਗੇ। ਜੀ ਹੁਣ ਅਸੀਂ ਆ ਗਏ ਕਾਲਜ। ਹਾਂਜੀ, ਕਾਲਜ ਵਾਲੇ ਹੋ? ਕਾਲਜ ਆ ਗਏ, ਕਾਲਜ ਹੁਣ ਤੁਹਾਨੂੰ ਮਿਲਦੇ ਅੱਗੇ ਜਾ ਕੇ, ਆਪਾਂ ਬਾਅਦ 'ਚ ਮਿਲਦੇ ਆ ਥੋੜ੍ਹੀ ਦੇਰ ਤੱਕ। ਨਾਨਕ ਸਾਧਕੇ ਸੰਗ ਸਫਲ ਜਨਮ, ਸਾਧਕੇ ਸੰਗ ਨਹੀਂ ਕਸ਼ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਹੈ ਜੀ ਗੁਰਦੁਆਰਾ ਸਾਹਿਬ, ਦੇਖੋ ਕਿਵੇਂ ਲੜੀਆਂ ਨਾਲ ਸਜਾਇਆ ਹੋਇਆ ਇਹ ਸਾਰਾ। ਇੱਧਰ ਦਾਸ ਕਹਿੰਦਾ ਕਿੰਨਾ ਸੋਹਣਾ ਸਜਾਇਆ ਸਾਰਾ ਲੜੀਆਂ ਨਾਲ। ਇਹ ਫਲੈਗ ਵੀ ਲਾਏ ਹੈ ਨਾ ਕਿੰਨੇ। ਹਾਂਜੀ ਵੀਰਿਓ, ਅਤੇ ਅਸੀਂ ਗਏ ਸੀਗੇ ਟਰੋਫੀਸ ਲੈਣ, ਅਤੇ ਉਹ ਲੈ ਕੇ ਮੋਮੈਂਟਸ ਜੋ ਵੀ ਹੁੰਦਾ ਉਹ। ਆਪਾਂ ਆ ਗਏ ਕਾਲਜ, ਫਿਲਹਾਲ ਦੇਖ ਰਹੇ ਹੋ ਕਾਲਜ ਹੈ। ਇਹ ਵਲੋਗ ਇੱਥੇ ਤੱਕ ਹੀ ਸੀਗਾ ਜੀ, ਫਿਰ ਆਪਾਂ ਹੁਣ ਇੱਥੋਂ ਹੀ ਦੂਜਾ ਵਲੋਗ ਸ਼ੁਰੂ ਕਰਾਂਗੇ। ਮਿਲਦੇ ਹਾਂ ਫਿਰ ਅਗਲੇ ਵਲੋਗ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ।